ਆ ਵੀਰੋ, ਪੰਜਾਬ ਵਿੱਚ ਰੀਲਾਂ ਵਾਲੀਆਂ ਨੇ ਇੰਨਾ ਗੰਦ ਪਾਤਾ, ਇੰਨਾ ਗੰਦ ਪਾਤਾ ਜਿਹਦਾ ਕੋਈ ਹਿਸਾਬ ਹੀ ਨਹੀਂ। ਆ ਪ੍ਰੀਤ ਜੱਟੀ ਜਿਹੜੀ ਆਪਣੇ ਇੱਕ ਲੰਡੂ ਜੇ ਆਸ਼ਕ ਨਾਲ ਨੀਲੀਆਂ ਫਿਲਮਾਂ ਬਣਾ ਕੇ ਅਤੇ ਬਾਅਦ 'ਚ ਉਹਦੀ ਕੁੱਟ ਮਾਰ ਕਰਕੇ ਵਾਇਰਲ ਹੋਈ ਅਤੇ ਕਨੇਡਾ ਦੇ ਭਲੇ ਮਾਨਸ ਜਿਹੇ ਨੌਜਵਾਨ ਨਾਲ ਵਿਆਹ ਕਰਾ ਕੇ ਬਾਹਰ ਚਲੇ ਗਈ ਸੀ, ਅਤੇ ਹੁਣ ਪਤਾ ਲੱਗਾ ਵੀ ਇਹ ਪੰਜਾਬ ਆ ਗਈ ਆ। ਅਤੇ ਪੰਜਾਬ ਕਿਉਂ ਆਈ ਆ? ਇਹ ਜਿੱਥੇ ਕਨੇਡਾ ਗਈ ਸੀ ਉਹ ਮੁਹੱਲੇ ਵਾਲਿਆਂ ਇਹਨੂੰ ਭਜਾ ਤਾ ਉੱਥੋਂ, ਇਹਨੂੰ ਰਹਿਣ ਨਹੀਂ ਦੇ ਰਹੇ ਸੀ। ਕਿਉਂ ਨਹੀਂ ਰਹਿਣ ਦੇ ਰਹੇ ਸੀ ਉਹ ਤੁਹਾਨੂੰ ਮੈਂ ਦੱਸਦਾ ਹਾਂ। ਬਈ ਉਹ ਮੁਹੱਲੇ ਵਾਲੇ ਪੁਰਾਣੇ ਪੰਜਾਬੀ ਸੀ, ਉੱਥੇ ਗਏ ਹੋਏ ਕਨੇਡਾ 'ਚ, ਅਤੇ ਉਹਨਾਂ ਨੇ ਆਪਣੇ ਬੱਚੇ ਕੁੜੀਆਂ ਮੁੰਡੇ ਵਧੀਆ ਸਕੂਲਾਂ 'ਚ ਪਾਏ ਹੋਏ ਸੀ ਵੀ ਡਾਕਟਰ ਬਣਨ, ਇੰਜੀਨੀਅਰ ਬਣਨ, ਪਾਇਲਟ ਬਣਨ, ਹੈ ਨਾ। ਅਤੇ ਇਹ ਦੱਸਦੇ ਉੱਥੇ ਮੁਹੱਲੇ ਵਿੱਚ ਉਹੀ ਲੱਕ ਹਿਲਾ ਹਿਲਾ ਕੇ, ਅਤੇ ਜੋ ਇੱਥੇ ਕਰਦੀਆਂ ਰੀਲਾਂ ਵਾਲੀਆਂ ਉਹ ਕੰਮ ਕਰਨ ਲੱਗ ਪਈ, ਅਤੇ ਉਹਨਾਂ ਨੂੰ ਟੈਨਸ਼ਨ ਹੋ ਗਈ ਵਿਚਾਰਿਆਂ ਨੂੰ ਵੀ ਕਿਤੇ ਸਾਡੇ ਬੱਚੇ ਵੀ ਇਹ ਐਸੇ ਕੰਮ 'ਚ ਨਾ ਪਾ ਦੇ, ਕਿਉਂਕਿ ਪਾਣੀ ਨੀਵੇਂ ਵੱਲ ਛੇਤੀ ਪਹੁੰਚ ਜਾਂਦਾ ਆ। ਮਾੜੀ ਸੰਗਤ ਦਾ ਅਸਰ ਬੜੀ ਛੇਤੀ ਹੁੰਦਾ ਵੀਰੋ, ਮਾੜੀ ਸੰਗਤ ਦਾ ਅਸਰ ਬੜੀ ਛੇਤੀ ਹੁੰਦਾ ਆ। ਅਤੇ ਇਹ ਉੱਥੇ ਇੱਦਾਂ ਇੱਦਾਂ ਹੋ ਗਿਆ ਦੱਸਦੇ, ਅਤੇ ਉਹ ਮੁਹੱਲੇ ਵਾਲਿਆਂ ਬੜਾ ਵਿਰੋਧ ਕੀਤਾ ਵੀ ਭਜਾਓ ਇਹਨਾਂ ਨੂੰ ਇੱਥੋਂ, ਇਹ ਤਾਂ ਗੰਦ ਪਾ ਦੂਗੀ। ਉਹਦਾ ਭੋਲਾ ਭਾਲਾ ਜਿਹਾ ਹਸਬੈਂਡ ਗੋਲੂ ਮਟੂਲੂ ਜਿਹਾ, ਉਹਨੂੰ ਸਮਝ ਹੀ ਨਹੀਂ ਕੁਛ ਆਇਆ। ਇਹ ਉੱਥੇ ਗੰਦ ਖਿਲਾਰਨ ਲੱਗ ਪਈ, ਅਤੇ ਉਹ ਕਹਿੰਦੇ ਵੀ ਬੜੇ ਔਖੇ ਹੋ ਗਏ ਕਨੇਡਾ ਵਾਲਿਆਂ, ਭਜਾਇਆ ਇਹਨੂੰ, ਭਜਾਇਆ ਇਹਨੂੰ, ਭੱਜ ਤੋਂ ਇੱਥੇ ਗੰਦ ਖਿਲਾਰ ਰਹੀ ਹਾਂ। ਅਤੇ ਵੀਰੋ, ਇਹ ਪ੍ਰੀਤ ਜੱਟੀ ਹੋਈ, ਕਮਲ ਕੌਰ ਹੋਈ, ਇੱਕ ਕੀ ਨਾਂ ਉਹਦਾ ਆ, ਉਹ ਸ਼ੁਰਲੀਨ ਸ਼ੁਰਲੀ ਮੀਤੀ, ਅਤੇ ਇਹੋ ਜਿਹੀਆਂ ਕਿੰਨੀਆਂ ਆਈਆਂ ਜਿਹੜੀਆਂ ਰੀਲਾਂ ਬਣਾ ਬਣਾ ਪੰਜਾਬ 'ਚ ਇਹੋ ਜਿਹਾ ਗੰਦ ਪਾਉਂਦੀਆਂ, ਇਹੋ ਜਿਹਾ ਗੰਦ ਪਾਉਂਦੀਆਂ, ਅਤੇ ਪੰਜਾਬ 'ਚ ਕੋਈ ਨਹੀਂ ਬੋਲਦਾ ਵੀਰੋ, ਪੰਜਾਬ 'ਚ ਕੋਈ ਨਹੀਂ ਬੋਲਦਾ। ਪੰਜਾਬ ਦੇ ਲੋਕ ਇੰਨੇ ਚੁੱਪ ਹੋ ਕੇ ਬੈਠੇ ਆ, ਪਰ ਪਤਾ ਉਦੋਂ ਲੱਗਣਾ ਜਦੋਂ ਸਮਾਜ ਨੂੰ ਗੰਦਾ ਕਰ ਦੇਣਗੀਆਂ, ਸਮਾਜ ਦਾ ਬੇੜਾ ਗਰਕ ਕਰ ਦੇਣਗੀਆਂ। ਇਹਨਾਂ ਦੇ ਖਿਲਾਫ਼ ਹੋਣਾ ਚਾਹੀਦਾ, ਜਿਵੇਂ ਕਨੇਡਾ ਵਾਲਿਆਂ ਪ੍ਰੀਤ ਜੱਟੀ ਨੂੰ ਉੱਥੋਂ ਭਜਾਇਆ। ਇਹ ਜਿੱਥੇ ਜਿੱਥੇ ਵੀ ਰੀਲਾਂ ਵਾਲੀਆਂ ਰਹਿੰਦੀਆਂ ਆ, ਇਹਨਾਂ ਨੂੰ ਮੁਹੱਲਿਆਂ 'ਚ ਨਾ ਰਹਿਣ ਦੇਵੋ। ਜਿਹੜੇ ਵੀ ਗਲੀ ਮੁਹੱਲੇ 'ਚ ਰਹਿੰਦੀਆਂ, ਜਿਹੜੇ ਵੀ ਪਿੰਡ ਰਹਿੰਦੀਆਂ, ਇਹਨਾਂ ਨੂੰ ਭਜਾਓ, ਕਿਉਂਕਿ ਇਹ ਇੱਕ ਬਹੁਤ ਵੱਡਾ ਸਮਾਜ 'ਤੇ ਕਲੰਕ ਆ। ਇਹ ਕਰੈਕਟਰਲੈਸ ਔਰਤਾਂ ਦੂਜੀਆਂ ਕੁੜੀਆਂ ਦਾ ਬੇੜਾ ਗਰਕ ਕਰਨਗੀਆਂ। ਕਿੱਥੇ ਕੁੜੀਆਂ ਇੰਜੀਨੀਅਰ ਬਣਨ ਵਾਸਤੇ ਸੋਚਦੀਆਂ, ਡਾਕਟਰ ਬਣਨ ਵਾਸਤੇ ਸੋਚਦੀਆਂ, ਪਾਇਲਟ ਬਣਨ ਵਾਸਤੇ ਸੋਚਦੀਆਂ, ਇਹ ਰੀਲਾਂ ਵਾਲੀਆਂ ਗੰਦ ਖਾਨਾ ਖਿਲਾਰ ਕੇ ਅਤੇ ਕਿਸੇ ਵੀ ਥਾਂ 'ਤੇ ਗੰਦਗੀ ਪੈਦਾ ਕਰਦੀਆਂ ਆ, ਅਤੇ 4-5 ਲੱਖ ਮਹੀਨੇ ਦਾ ਕਮਾਉਂਦੀਆਂ ਆ ਗੰਦ ਪਾ ਕੇ, ਅਤੇ ਇਹਨਾਂ ਦਾ ਵਿਰੋਧ ਕੀਤਾ ਜਾਵੇ, ਨਹੀਂ ਤਾਂ ਪੰਜਾਬ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਊਗਾ ਵੀਰੋ, ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਊਗਾ।